ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੇਕਰ ਤੁਹਾਡੇ ਵੀ ਕੇਸ ਆ ਜਿਹੜੇ ਭਾਰੀ ਨੇ ਜਾਂ ਲੰਬੇ ਨੇ ਤਾਂ ਇਹ ਵੀਡੀਓ ਤੁਹਾਡੇ ਲਈ ਆ। ਤੁਹਾਨੂੰ ਬੇਸ ਬਣਾਉਣ ਵਿੱਚ ਦਿੱਕਤ ਆਉਂਦੀ ਆ ਤਾਂ ਤੁਹਾਡੀ ਅੱਜ ਡਿਮਾਂਡ ਪੂਰੀ ਕਰਾਂਗੇ। ਸਭ ਤੋਂ ਪਹਿਲਾ ਤਰੀਕਾ ਤੁਸੀਂ ਨੋਟ ਕਰਨਾ ਹੈ, ਆਪਾਂ ਜਿਹੜੇ ਵਾਲ ਆ ਇਸ ਪ੍ਰਕਾਰ ਬੰਨਣੇ ਨੇ ਪਿਛਲੀ ਸਾਈਡ। ਤੁਸੀਂ ਦੇਖੋ ਮੇਰੇ ਕੇਸ ਛੋਟੇ ਨੇ ਪਰ ਮੈਂ ਵੀਡੀਓ ਬਣਾਉਣ ਲਈ ਐਲੀਜੀਬਲ ਨਹੀਂ ਹੈਗਾ, ਪਰ ਤੁਹਾਨੂੰ ਮੈਂ ਤਰੀਕਾ ਦੱਸ ਦਿੰਦਾ। ਤੁਸੀਂ ਪਿੱਛੇ ਗੱਠਣੀ ਮਾਰਨੀ ਫਿਰ ਮੂਹਰੇ ਲਿਆ ਕੇ ਲਿਆਉਣੀ ਇਸ ਪ੍ਰਕਾਰ ਜਿਵੇਂ ਤੁਹਾਨੂੰ ਮੈਂ ਦੱਸ ਰਿਹਾ। ਇਹ ਤਰੀਕੇ ਤੋਂ ਬਾਅਦ ਤੁਸੀਂ 1.5 ਮੀਟਰ ਦੀ ਇਸ ਪ੍ਰਕਾਰ ਦਾ ਕੱਪੜਾ ਲੈਣਾ ਹੈ ਜੋ ਕਿ ਕੇਸਰੀ ਰੰਗ ਦਾ ਮੈਂ ਲਿਆ ਹੈ ਜੀ। ਇਸ ਦੀ ਲੈਂਥ 1.5 ਮੀਟਰ ਲੈਂਥ ਆ। ਇਸ ਪ੍ਰਕਾਰ ਆਪਾਂ ਇੱਕ ਵਾਰੀ ਕੰਨੀ ਜਿਵੇਂ ਪਾਨੇ ਦੀ ਮੋੜਦੇ ਹੁੰਦੇ ਹਾਂ ਉਸ ਪ੍ਰਕਾਰ ਫੋਲਡ ਕਰਕੇ ਇੱਕ ਕੰਨੀ ਨੂੰ ਇਸ ਪ੍ਰਕਾਰ ਦੂਏ ਕੰਨ ਦੇ ਕੋਲ ਲਿਆਉਣਾ ਹੈ, ਦੂਆ ਕੰਨ ਚੱਕ ਦੇਣਾ ਹੈ ਉੱਧਰਲੀ ਸਾਈਡ ਤੋਂ ਅਤੇ ਗੋਲ ਗੋਲ ਲੈ ਕੇ ਆਉਣਾ ਹੈ। ਇਹਦੇ ਨਾਲ ਕਿਆ ਹੋਊਗਾ, ਤੁਹਾਡੀ ਪੱਗ ਦੀ ਸ਼ੇਪ ਆ ਜਿਹੜੀ ਦੋਹਾਂ ਸਾਈਡਾਂ ਤੋਂ ਬਰਾਬਰ ਆਊਗੀ ਅਤੇ ਪੱਗ ਗਲਾਈ ਦੇ ਵਿੱਚ ਜਾਊਗੀ। ਇਹ ਮੈਂ ਕੱਪੜਾ ਹੈ ਜੀ, ਇਹ ਸਿੰਪਲ 50 ਹੈ ਜੀ, 50 ਮੈਂ ਇੱਥੇ ਪਾਊਂਗਾ ਤਾਂ ਜੋ ਇੱਧਰੋਂ ਜਿਹੜੀ ਪੱਗ ਦੀ ਸ਼ੇਪ ਆ ਥੋੜ੍ਹੀ ਜਿਹੀ ਬਾਹਰ ਨੂੰ ਨਿਕਲ ਕੇ ਉਹ ਥੋੜ੍ਹੀ ਜਿਹੀ ਵਧੀਆ ਲੱਗੇ ਹੋਰ, ਠੀਕ ਆ ਜੀ। ਜੇ ਤੁਹਾਡੇ ਕੇਸ ਭਾਰੀ ਨੇ ਤੁਹਾਨੂੰ ਇਹ ਕੱਪੜਾ ਪਾਉਣ ਦੀ ਕੋਈ ਲੋੜ ਨਹੀਂ ਹੈ, ਸਿਲਾਈ ਦੀ ਵਰਤੋਂ ਨਾਲ ਦੀ ਨਾਲ ਕਰਨੀ ਆ ਕਿਉਂਕਿ ਉੱਪਰੋਂ ਆਪਣੀ ਨਾਲ ਦੀ ਨਾਲ ਖਿੱਚ ਪਾ ਕੇ ਰੱਖਣੀ ਆ ਕਿਉਂਕਿ ਤੁਹਾਡੇ ਕੇਸ ਭਾਰੀ ਨੇ। ਸੋ ਇਹ ਤੁਹਾਨੂੰ ਐਡਜਸਟਮੈਂਟ ਨਾਲ ਦੀ ਨਾਲ ਹੀ ਕਰਨੀ ਪਊਗੀ। ਅਤੇ ਉਹ ਤੋਂ ਬਾਅਦ ਹੁਣ ਆਪਾਂ ਇਹ ਪਹਿਲਾ ਲੜ ਲਾ ਚੁੱਕੇ ਹਾਂ ਜੋ ਕਿ ਆਪਣਾ ਟੈਂਪਰੇਰੀ ਟੱਚ ਲੱਗ ਚੁੱਕਿਆ ਹੈ। ਹੁਣ ਆਪਾਂ ਅਗਲਾ ਲੜ ਲਾਵਾਂਗੇ ਜਿਸ ਦੇ ਵਿੱਚ ਆਪਾਂ ਥੋੜ੍ਹਾ ਜਿਹਾ ਕੱਪੜਾ ਹੋਰ ਪਾਵਾਂਗੇ, ਯਾਨੀ ਕਿ 1.5 ਹੋਰ ਪਾਵਾਂਗੇ। ਜੇ ਤੁਸੀਂ ਇਹ ਤਰੀਕਾ ਮੇਰਾ ਵਰਤੋਂਗੇ ਮੈਂ ਤੁਹਾਡੀ ਗਰੰਟੀ ਲੈਂਦਾ, ਚਾਹੇ ਤੁਸੀਂ ਪਟਿਆਲਾ ਸ਼ਾਹੀ ਪੱਗ ਬੰਨਦੇ ਹੋ ਚਾਹੇ ਤੁਸੀਂ ਵੱਟਾਂ ਵਾਲੀ ਪੱਗ ਬੰਨਦੇ ਵਿੱਚ ਬੰਨਦੇ ਹੋ, ਜੇ ਤੁਸੀਂ ਮੇਰੇ ਤਰੀਕਾ ਇਹ ਵਰਤੋਂਗੇ ਤਾਂ ਤੁਹਾਡੀ ਪੱਗ ਜਿਹੜੀ ਸ਼ੇਪ ਆ ਬਹੁਤ ਵਧੀਆ ਆਊਗੀ। ਇਸ ਪ੍ਰਕਾਰ ਤੁਸੀਂ ਹੁਣ ਇੱਥੇ ਆ ਕੇ ਵੀ ਕੱਪੜਾ ਪਾਉਣਾ ਹੈ। ਜੇ ਵੀਡੀਓ ਵਧੀਆ ਲੱਗੇ ਤਾਂ ਲਾਈਕ ਕਰ ਦਿਓ ਜੀ, ਇੱਦਾਂ ਦੀਆਂ ਵੀਡੀਓ ਆਪਾਂ ਜੇ ਤੁਹਾਨੂੰ ਕੋਈ ਡਿਮਾਂਡ ਆ ਤਾਂ ਵੀ ਦੱਸ ਦਿਓ ਕਮੈਂਟ ਕਰਕੇ, ਆਪਾਂ ਉਹ ਵੀ ਪੂਰੀ ਕਰਾਂਗੇ। ਇਸ ਪ੍ਰਕਾਰ ਮੈਂ ਹੁਣ ਕਾਲੇ ਰੰਗ ਦਾ ਕੱਪੜਾ ਪਾ ਤਾ, ਯਾਨੀ ਕਿ 50 ਪਾ ਦਿੱਤੀ ਆ ਉੱਧਰਲੀ ਸਾਈਡ, ਅਤੇ ਇੱਥੇ ਮੈਂ ਕੱਪੜਾ ਪਾ ਦੂੰਗਾ ਤਾਂ ਜੋ ਹਲਕਾ ਜਿਹਾ ਇੱਥੇ ਤੋਂ ਵੀ ਜਿਹੜੀ ਸ਼ੇਪ ਆ ਪੱਗ ਦੀ ਬਾਹਰ ਆ ਜਾਵੇ। ਯਾਦ ਰੱਖਣਾ ਜਿਹੜਾ ਇਹ ਲੜ ਲਾਉਣਾ ਹੈ ਆਖਰੀ ਪੱਲਾ, ਯਾਨੀ ਕਿ 2 ਪੱਲੇ ਆਪਾਂ ਨੇ ਪਰਨੇ ਦੇ ਘੁਮਾਏ ਨੇ 1.5 ਮੀਟਰ ਦੇ। ਸੋ ਇਸ ਪ੍ਰਕਾਰ ਥੱਲੇ ਨੂੰ ਲਾਉਣਾ ਹੈ ਕਿਉਂਕਿ ਇੱਧਰਲੀ ਸਾਈਡ ਆਪਣੇ ਵੱਟ ਆ ਜਿਹੜੇ ਮਤਲਬ ਲਾੜਾਂ ਆਉਣੇ ਹੁੰਦੇ ਨੇ ਉਹਦੇ ਕਰਕੇ। ਦੇਖੋ ਜੀ ਇੱਧਰ ਦੇ ਜੇ ਕੋਈ ਕੱਪੜਾ ਰਹਿ ਜਾਵੇ ਤਾਂ ਆਪਾਂ ਨੇ ਅੰਦਰ ਕਰ ਲੈਣਾ ਹੈ ਕਿਉਂਕਿ ਇਹ ਆਪਣਾ ਅੰਦਰ ਹੀ ਦਿਖਣਾ ਚਾਹੀਦਾ ਆਪਣਾ। ਸਿਰਫ ਕੇਸਰੀ ਕੱਪੜਾ ਜਿਹੜਾ ਮੈਂ ਲਾਇਆ, ਜਾਂ ਕਿ ਤੁਸੀਂ ਕਿਹੜਾ ਵੀ ਕੱਪੜਾ ਲਾਉਂਦੇ ਹੋ ਉਹੀ ਦਿਖਣਾ ਚਾਹੀਦਾ, ਕੋਈ ਜਿਹੜਾ ਫਾਲਤੂ ਕੱਪੜਾ ਆਪਾਂ ਵਰਤਿਆ ਉਹ ਨਹੀਂ ਦਿਖਣਾ ਚਾਹੀਦਾ ਜੀ। ਸੋ ਮੈਂ ਲੰਬੇ ਸਮੇਂ ਤੋਂ ਇਹ ਤਰੀਕਾ ਵਰਤ ਰਿਹਾ, ਮੇਰਾ ਐਕਸਪੀਰੀਅੰਸ ਆ ਵੀ ਜਿਹੜਾ ਵੀ ਵੀਰ ਇਹ ਤਰੀਕਾ ਵਰਤੂਗਾ ਉਹਦੇ ਲਈ ਜਿਹੜੀ ਪੱਗ ਦੀ ਸ਼ੇਪ ਆ ਬਹੁਤ ਸੋਹਣੀ ਨਿਖਰ ਕੇ ਆਊਗੀ। ਜੇ ਤੁਹਾਨੂੰ ਇਹ ਮੇਰਾ ਤਰੀਕਾ ਵਧੀਆ ਲੱਗਿਆ ਹੋਵੇ ਤਾਂ ਲਾਈਕ ਕਰ ਦਿਓ ਅਤੇ ਕਮੈਂਟ ਕਰਕੇ ਜ਼ਰੂਰ ਦੱਸਿਓ। ਜੇ ਤੁਸੀਂ ਕਮੈਂਟ ਕਰੋਗੇ ਮੈਨੂੰ ਵੱਧ ਤੋਂ ਵੱਧ ਤਾਂ ਮੈਂ ਇੱਦਾਂ ਦੀਆਂ ਵੀਡੀਓ ਲੈ ਕੇ ਆਉਂਦਾ ਰਹੂੰਗਾ ਅਤੇ ਮੈਨੂੰ ਦੱਸਿਓ ਤੁਸੀਂ ਕਿੱਦਾਂ ਦੀ ਵੀਡੀਓ ਅੱਗੇ ਚਾਹੁੰਦੇ ਹੋ। ਇਸ ਪ੍ਰਕਾਰ ਹੁਣ ਆਪਾਂ 50 ਵੱਲ ਵੱਧਦੇ ਹਾਂ। 50 ਆਪਾਂ ਜਦ ਵੀ ਲਾਉਣੀ ਹੁੰਦੀ ਹੈ, ਇੱਕ ਸਵਾਲ ਹੁੰਦਾ ਵੀਰਾਂ ਦਾ ਕਿੰਨੀ ਲਾਉਣੀ ਹੈ, 3 ਉਂਗਲ ਦੇਖੋ ਜੀ ਇਸ ਪ੍ਰਕਾਰ ਉੱਪਰ ਚੱਕ ਕੇ 50 ਬੰਨਣੀ ਹੁੰਦੀ ਹੈ ਆਪਾਂ ਨੇ। ਆਪਾਂ ਹੁਣ ਬੇਸ ਕਰ ਲਿਆ, ਹੁਣ ਤੁਸੀਂ ਤੁਹਾਨੂੰ ਮੇਰੀ ਬੇਨਤੀ ਆ ਤੁਸੀਂ ਸਾਰੇ ਆਪਣੀ ਪੱਗਾਂ ਬੰਨ੍ਹ ਕੇ ਇਸ ਬੇਸ ਨਾਲ ਮੈਨੂੰ ਇੰਸਟਾਗ੍ਰਾਮ 'ਤੇ ਸੈਂਡ ਕਰਿਓ। ਗੁਰਪ੍ਰੀਤ ਚਮਕੌਰ ਸਾਹਿਬ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।